ਬਿਸਮਿਲ੍ਲਾਹਿਰ-ਰਹਿਮਾਨ ਰਹੀਮ ਅਸਲਾਮ ਅਲੈਕੁਮ ਵੇਖ ਰਹੇ ਤੁਸੀਂ ਆਪਣਾ ਕਰਨਾਣਾ ਚੈਨਲ ਤੇ ਮੈਂ ਤੁਹਾਡਾ ਮੇਜ਼ਬਾਨ ਬਲਾਲ ਅਹਿਮਦ ਭਰਾਵਾਂ ਵਾਸਤੇ ਰੋਜ਼ਾਨਾ ਦੀ ਨਵੀਂ ਤੇ ਨਵੀਂ ਵੀਡੀਓ ਲੈ ਕੇ ਆਵਦੇ ਹਾਂ ਇਨਸ਼ਾਅੱਲਾ ਉਮੀਦ ਕਰਦੇ ਹਾਂ ਵੀਡੀਓ ਪਸੰਦ ਵੀ ਕਰਦੇ ਹੋ ਲਾਈਕ ਵੀ ਕਰਦੇ ਹੋ ਸ਼ੇਅਰ ਵੀ ਕਰਦੇ ਹੋ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਤੇ ਬੈਲ ਆਈਕਾਨ ਦਾ ਬਟਨ ਜ਼ਰੂਰ ਦਬਾ ਲੈਣਾ ਤਾਂ ਸਾਡੀ ਹਰ ਆਉਣ ਵਾਲੀ ਨਵੀਂ ਤੇ ਨਵੀਂ ਵੀਡੀਓ ਜਿਹੜੀ ਤੁਹਾਡੇ ਤੱਕ ਬਸਾਨੀ ਪਹੁੰਚ ਸਕੇ ਵੀਡੀਓ ਇਸ ਤਰ੍ਹਾਂ ਬਣਾ ਲੱਗੇ ਆ ਬਸ ਸਿਲਸਿਲੇਵਾਰ ਵੀਡੀਓ ਵਾਰ ਹੈ ਜੁਮਾਤੁਲ ਮੁਬਾਰਕ ਤਰੀਕ 9 ਅਗਸਤ 2024 ਜ਼ਿਲ੍ਹਾ ਤਹਿਸੀਲ ਗੁਜਰਾਤ ਪਿੰਡ ਦਿੱਤੇ ਆਲਚੇ ਛੀਆਂ ਇਹ ਸ਼ਾਮ ਗੁਜਰ ਸਾਹਿਬ ਦੀ ਵੀਡੀਓ ਗੁਜਰ ਸਾਹਿਬ ਨੇ 9 ਮੱਝਾਂ ਲੈਣੀਆਂ ਨੇ ਵੀਡੀਓ ਤੇ ਬਾਕੀ ਜਿਹੜੀ ਗੱਲਬਾਤ ਹੈ ਨਾ ਉਹ ਗੁਜਰ ਸਾਹਿਬ ਨਾਲ ਕਰ ਲੈਂਦੇ ਹਾਂ ਲੇਕਿਨ 9ਵੇਂ ਮੱਝਾਂ ਭਰਾਵਾਂ ਨੇ ਤਸੱਲੀ ਨਾਲ ਵੇਖ ਲੈਣੀਆਂ ਨੇ ਜਿਹਨਾਂ 'ਚ 8 ਮੱਝਾਂ ਸੱਜਰ ਹੋਣ ਦੀਆਂ ਤੇ ਇੱਕ ਜਿਹੜੀ ਮੱਝ ਹੋਵੇ ਦੀ ਨਾ ਉਹ ਫਰਮੈਸ਼ੀ ਹੋਵੇ ਦੀ ਬਾਕੀ ਜਿਹੜੀ ਗੱਲਬਾਤ ਹੈ ਨਾ ਉਹ ਗੁਜਰ ਸਾਹਿਬ ਨਾਲ ਕਰ ਲੈਂਦੇ ਹਾਂ 9 ਮੱਝਾਂ ਦੀ ਸਾਰੀ ਗੱਲਬਾਤ ਕਰ ਲੈਂਦੇ ਆਓ ਜੀ ਗੁਜਰ ਸਾਹਿਬ ਵੀਡੀਓ ਸ਼ੁਰੂ ਕਰੀ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਬਲਾਲ ਸਾਹਿਬ ਸੁਣਾਓ ਕੀ ਹਾਲ ਨੇ ਜੀ ਅੱਲਾ ਦਾ ਸ਼ੁਕਰ ਠੀਕ ਠਾਕ ਤੁਸੀਂ ਸੁਣਾਓ ਬੜੇ ਅੱਲਾ ਪਾਕ ਦੇ ਸਾਨ ਨੇ ਸ਼ੁਕਰ ਅਲਹਮਦੁਲਿਲਾ ਮਾਸ਼ਾਅੱਲਾ ਗੁਜਰ ਸਾਹਿਬ ਆਏ 9 ਮੱਝਾਂ ਨੇ ਜਿਹੜੀਆਂ ਵੀਡੀਓ ਤੇ ਲਾਣੀਆਂ ਹਾਂ ਬਿਲਕੁਲ ਜਿਨ੍ਹਾਂ 'ਚੋਂ 8 ਮੱਝਾਂ ਨੇ ਜਿਹੜੀਆਂ ਉਹ ਸੱਜਰ ਹੋਣਦੀਆਂ ਤੇ ਉਹ ਮੱਝਾਂ ਜਿਹੜੀਆਂ ਨੇ ਕੋਈ ਤਿਆਰ ਨੇ ਕੋਈ ਸੂਈਆਂ ਨੇ ਤੇ ਇੱਕ ਮੱਝ ਫਰਮੈਸ਼ੀ ਫਰਮੈਸ਼ੀ ਹੋਵੇ ਦੀ ਉਹ ਗੱਭਣੇ ਉਹ ਮੱਝ ਉਹ ਜਿਹੜੀ ਇਹ ਉਹ 7 ਮਹੀਨੇ ਦੀ ਗੱਭਣੇ 7 ਮਹੀਨੇ ਦੀ 9 ਹੀ ਆਂਦੀਆਂ ਆਈਆਂ ਆਂਦੀਆਂ ਕੋਈ ਜ਼ਿਆਦਾ ਆਈਆਂ ਕੁਝ ਵਿਕੀਆਂ ਵੀ ਆਂ ਇੱਕ ਮੱਝ ਕੱਚੀ ਉਹ ਨਹੀਂ ਪਾਣੀ ਬਾਕੀ ਜਿਹੜੀਆਂ 9 ਮੱਝਾਂ ਨੇ ਭਰਾਵਾਂ ਨੂੰ ਵਿਖਾਈਏ ਕਰੀਏ ਸ਼ੁਰੂ ਲਿਆਓ ਜੀ ਮਾਈ ਨੰਬਰ ਇੱਕ ਲਿਆਓ ਮਾਈ ਨੰਬਰ ਆ ਗਈ ਜੀ ਇੱਕ ਮਾਸ਼ਾਅੱਲਾ ਜੀ ਮੱਝਾਂ ਨੇ ਨਾ ਜਿਹੜੀਆਂ 9ਵੇਂ ਭਰਾਵਾਂ ਨੇ ਤਸੱਲੀ ਨਾਲ ਵੇਖ ਲੈਣੀਆਂ ਨੇ ਕੀ ਬਾਤ ਹੈ ਗੁਜਰ ਸਾਹਿਬ ਕੀ ਸਵਾਲ ਆਇਆ ਛੋਟੀ ਨੇ ਪਹਿਲਾ ਸਵਾਲ ਆਇਆ ਛੋਟੀ ਨੇ ਪਰਸੋਂ ਦੀ ਸੂਈ ਹੈ ਮਗਰ ਕੱਟਾ ਛੋਟੀ ਭਰਾਵਾਂ ਨੂੰ ਤਸੱਲੀ ਨਾਲ ਵਹਾ ਦੇ ਰਿਓ ਪਹਿਲਣ ਹੋ ਕੇ ਜਿਹੜਾ ਗੁੱਲਾ ਕੱਢਿਆ ਉਹ ਨਾ ਸਹੀ ਸਾਊ ਸੇਲ ਨਿਕਲੀ ਜੇਰ ਮੁਕੰਮਲ ਪੈ ਗਈ ਲੋ ਜੀ ਸਾਊ ਸੇਲ ਜੇਰ ਮੁਕੰਮਲ ਪੈ ਗਈ ਏ ਹਣ ਜਿਹੜਾ ਉਹ ਪਹਿਲਣ ਹੋ ਕੇ ਜਿਹੜਾ ਗੁੱਲਾ ਕੱਢ ਗਈ ਏ ਨਾ ਕੀ ਬਾਤ ਹੈ ਜੀ ਕਲਾ ਸਾਹਿਬ ਮੂੰਹ ਪੱਟ ਕੇ ਵੀ ਇੱਕ ਵਾਰੀ ਵਿਖਾਓ ਲੋ ਜੀ 4 ਦੰਦ ਕੀ ਬਾਤ ਹੈ ਜੀ ਅੱਛਾ ਗੁਜਰ ਸਾਹਿਬ 3 ਦਿਨਾਂ ਦੀ ਸੂਈ ਕੋਲੇ ਹਾਜ਼ਰ ਮੌਕਿਆ ਕਿੰਨਾ ਕੁਝ ਹੈ ਬੋਲਾ ਅੱਛਾ ਠੀਕ ਹੈ ਤਿੰਨਾਂ ਥਣਾਂ ਦਾ 12 ਸਿਰ ਬੋਲਾ ਹੋਵੇ ਇੱਕ ਥਣ ਬੱਚੇ ਨੂੰ ਛੱਡ ਲੈਣਾ ਜੀ ਨਸੀਬ ਬੋਲਾ ਸਾਹਿਬ ਬਟਣੀ ਹਾਜ਼ਰ ਨੇ ਫਿਰ ਪੁੱਠਾ ਤੇ ਅੱਡੀਆਂ ਨੇ ਨਾ ਜਿਹੜੀਆਂ ਝੋਟੀ ਦੀਆਂ ਇਹ ਵੀ ਤਸੱਲੀ ਨਾਲ ਵਹਾਣੀਆਂ ਨੇ ਗੁਜਰ ਸਾਹਿਬ ਮਾਈ ਨੰਬਰ 1 ਦਾ ਕੀ ਮੁੱਲ ਹੈ ਸੁਣੀ ਗੱਲ ਸੁਣਾਓ ਮੁੱਲ ਕਰਨ ਨੂੰ ਭਾਵੇਂ ਜਿਸ ਤਰ੍ਹਾਂ ਦੀ ਮੱਝ ਹੈ ਨਾ ਜੀ 6 ਵੀ ਕਰ ਖੜੀਏ ਕਿਹੜਾ ਕਿਸੇ ਬੰਦੇ ਮੂੰਹ ਫੜਨਾ ਅੱਛਾ ਲੇਕਿਨ ਜਿਹੜੇ ਭਰਾ ਨੂੰ ਪਸੰਦ ਆਈ ਨਾ ਝੋਟੀ ਜੀ ਗੁਜਰ ਸਾਹਿਬ 4,85,000 ਦੀ ਝੋਟੀ ਤੇ 4,85,000 ਦੀ ਮਾਈ ਨੰਬਰ 1 ਦੇ ਦੇਣਾ ਦੇ ਜਿਹੜੇ ਵੀ ਕਿਸੇ ਭਰਾ ਦੇ ਆ ਗਈ ਪਸੰਦ ਮਾਸ਼ਾਅੱਲਾ ਜੀ ਸਾਊ ਸੇਲ ਕੀ ਬਾਤ ਹੈ ਜੀ ਜ਼ਿੰਦਾਬਾਦ ਜੀ ਮਾਸ਼ਾਅੱਲਾ ਜੀ ਲੋਹੀ ਤਲਾ ਸਾਹਿਬ ਇੱਕ ਵਾਰ ਧਾਰ ਹੀ ਹਾਜ਼ਰੀ ਹੋ ਛੋਟੀ ਜੀ ਕੀ ਬਾਤ ਹੈ ਜੀ ਹਾਂ ਨਾਲ ਸੋਹਣਾ ਜਵਾਬ ਇਹਦਾ ਜੀ ਕੀ ਮੁੱਲ ਹੈ ਗੁਜਰ ਸਾਹਿਬ 4,85,000 4,85,000 ਦੀ ਮਾਈ ਨੰਬਰ 1 ਕੀ ਬਾਤ ਬੱਚਾ ਕਿੱਥੇ ਛੁੱਟੀ ਕਿੱਥੇ ਮਾਸ਼ਾਅੱਲਾ ਜੀ ਉਮਰ ਕੀ ਹੈ ਜ਼ਿੰਦਾਬਾਦ ਜੀ ਕੀ ਬਾਤ ਹੈ ਅੱਗੇ ਲਿਆਓ ਜੀ ਮਾਈ ਨੰਬਰ 2 ਇੱਕ ਵਾਰੀ ਜਾਣ ਦਿਓ ਝੋਟੀ ਨੂੰ ਪੂਰੀ ਤਸੱਲੀ ਨਾਲ ਕੀ ਬਾਤ ਹੈ ਜੀ ਮਾਸ਼ਾਅੱਲਾ ਲਓ ਜੀ ਸਾਊ ਸੀਲ ਭਰਾਵਾਂ ਵੇਖ ਲਈਏ 3 ਦਿਨ ਹੋ ਗਏ ਨੇ ਸੂਈ ਇਹ ਨਸਲਾਂ ਦੇ ਕੰਮ ਨੇ ਬਾਦ ਨਸਲੀਆਂ ਦੇ ਕੰਮ ਨਹੀਂ ਇਹ ਗੱਲ ਹੈ ਗੁਜਰ ਸਾਹਿਬ ਮਾਸ਼ਾਅੱਲਾ
ਲਿਆਓ ਜੀ ਮਾਈ ਨੰਬਰ ਦੋ। ਲਓ ਜੀ ਮਾਈ ਨੰਬਰ ਅੱਗੇ ਆ ਗਈ ਦੋ। ਗੁਜਰ ਸਾਹਿਬ ਕੀ ਸਵਾਲ ਆਇਆ ਮਾਏ ਨੇ? ਦੂਸਰਾ ਸਵਾਲ ਆਇਆ ਤੂੰ ਕਿੰਨਿਆਂ ਦਿਨਾਂ ਦੀ ਸੂਈ ਹੈ? 11 ਦਿਨ ਹੋ ਗਏ ਸੂਈ ਨੂੰ, ਮਗਰ ਕੱਟਾ ਹੋਵੇਗਾ ਜੀ। ਮਾਸ਼ਾਅੱਲਾ ਜੀ, ਮੱਝ ਭਰਾ ਦੇਖ ਲਈ ਜੀ ਤਸੱਲੀ ਨਾਲ। 12 ਦਿਨ ਹੋ ਗਏ ਨੇ ਸੂਈ ਨੂੰ, ਸਵਾਲ ਆਇਆ ਦੂਸਰਾ ਤੇ ਗੁਜਰ ਸਾਹਿਬ ਹਾਜ਼ਰ ਮੌਕਿਆ ਮਾਈ ਕੋਲੇ ਕਿੰਨਾ ਕੁ ਦੁੱਧ ਹੋਵੇਗਾ? ਖੜੋ ਜੀ ਇੱਕ ਵਾਰੀ ਬੱਚੇ ਦੇ ਵਿੱਚ ਬਲਾ ਸਾਹਿਬ ਕੱਟਾ ਵਹਾਓ। ਮਾਸ਼ਾਅੱਲਾ ਜੀ, ਇੱਕ ਥਣ ਪੀਂਦਾ ਜੀ ਗੁਜਰ ਸਾਹਿਬ, ਤਿੰਨਾਂ ਥਣਾਂ ਦਾ ਟਾਈਮ ਦਾ 7 ਲੀਟਰ ਇੱਕ ਥਣ ਪੀਂਦਾ, ਕੱਟਾ ਤੇ ਕੱਟਾ ਵਹਾਣਾ ਭਰਾਵਾਂ ਨੂੰ ਮਾਸ਼ਾਅੱਲਾ। ਤੇ ਤਲਾ ਸਾਹਿਬ ਹੁਣ ਮਾਂ ਇੱਕ ਵਾਰੀ ਥਣ ਵੀ ਵਹਾ ਦਈਓ ਤਸੱਲੀ ਨਾਲ ਮਾਸ਼ਾਅੱਲਾ। 14 ਸਿਹਤ ਦੀ ਗਰੰਟੀ ਹੋਵੇ ਦੀ, ਦੋਹਾਂ ਟਾਈਮਾਂ ਦੀ, ਤਿੰਨਾਂ ਥਣਾਂ ਦਾ। ਗੁਜਰ ਸਾਹਿਬ ਕੀ ਮੁੱਲ ਹੈ ਮਾਏ ਨੰਬਰ ਦੋ ਦਾ? ਜੀ ਅੱਛਾ, 4,85,000 ਦੀ ਮਾਏ ਨੰਬਰ ਦੋ ਦੇ ਦਰਾਂ ਦੇ। 12 ਦਿਨਾਂ ਦੀ ਸੂਈ ਹੈ, ਮਗਰ ਤੂੰ ਕੱਟਾ 14 ਕਿਲੋ ਕੋਈ ਵੀ ਪ੍ਰਾਣ ਕੇ ਦੁੱਧ ਪੂਰਾ ਕਰ ਲਵੇ ਤਿੰਨਾਂ ਥਣਾਂ ਦਾ। ਅੱਗੇ ਲਿਆਓ ਜੀ ਮਾਏ ਨੰਬਰ ਤਿੰਨ ਜੀ। ਮਾਏ ਨੰਬਰ ਆ ਗਈ ਜੀ ਤਿੰਨ। ਫਿਲਹਾਲ ਅਜੀਮ ਦੀ ਠੀਕ ਹੋ ਗਿਆ ਜੀ। ਗੁਜਰ ਸਾਹਿਬ ਸੂਆ ਕੀ ਲਾਇਆ ਝੋਟੀ ਨੇ? ਗਰੰਟੀ ਨਾਲ ਕਿੰਨੇ ਦਿਨ ਹੋ ਗਏ ਨੇ ਸੂਈ ਨੂੰ? ਅੱਜ 5ਵਾਂ ਦਿਨ ਨੇ ਸੂਈ ਨੂੰ, ਮਗਰ ਕੱਟੀ ਇਹ ਬਾਲ ਕੱਟੀ ਦੇ ਲਾ ਦੇ ਨਾ ਜਿਹੜੇ ਜੀ ਗੱਲ ਕਰੋ ਸਿੱਧੀ ਗੱਲ ਜੀ, ਬੱਚਾ ਮੋਈ ਠੀਕ ਹੋ ਗਿਆ ਜੀ। ਅੱਖਾਂ ਦੋਵੇਂ ਭਰਾਵਾਂ ਨੇ ਵੇਖ ਲੈਣੀਆਂ ਨੇ, ਬਲਬ ਹੋਣ ਦੇ ਪੂਰੇ ਮਾਸ਼ਾਅੱਲਾ ਜੀ। ਗੁਜਰ ਸਾਹਿਬ ਠੀਕ ਹੈ, 7 ਕਿਲੋ ਟਾਈਮ ਦਾ ਬੋਲਾ ਪੂਰਾ ਕਰ ਲੈਣਾ, ਦੋਹਾਂ ਟਾਈਮਾਂ ਦਾ 14 ਸਿਰ ਕੋਈ ਵੀ ਭਰਾ ਆ ਜੇ ਆਪਣਾ ਆਣ ਕੇ ਪੂਰਾ ਕਰ ਲਵੇ ਥਣ ਸੋਨੇ ਆਣ ਦੇ। ਗੁਜਰ ਸਾਹਿਬ ਜ਼ਿੰਦਾਬਾਦ ਮਾਸ਼ਾਅੱਲਾ ਜੀ, ਅਗਲੇ ਨਾਲ ਅਗਲਾ ਤੇ ਪਿਛਲੇ ਨਾਲ ਪਿਛਲਾ, ਕਿਆ ਬਾਤ ਹੈ ਜੀ। 14 ਕਿਲੋ ਕੋਈ ਵੀ ਭਰਾ ਅਪਣਾ ਕੇ ਪੂਰਾ ਕਰ ਲਵੇ ਸਾਰੀ ਮੱਝ ਹੇਠ ਜੀ। ਗੁਜਰ ਸਾਹਿਬ ਗੁਜਰ ਸਾਹਿਬ ਕੀ ਮੁੱਲ ਹੈ ਮਾਏ ਨੰਬਰ ਤਿੰਨ ਦਾ? ਬਲਾਲ ਬੱਚਾ ਜੀ ਹੁੰਦਾ ਮੁੱਲ ਤੇ ਆਹ ਫੇਰ ਜੀ, ਫੇਰ ਗੱਲਾਂ ਹੀ ਹੋਰ ਹੁਣ ਸੁਣ ਜੀ ਗੱਲ ਸੁਣਾਓ, ਜਿਹੜੇ ਭਰਾ ਨੂੰ ਪਸੰਦ ਆਵੇ ਨਾ। ਅੱਛਾ, 3,75,000 ਦੀ ਇਸ ਹਾਲਤ ਜੀ ਮਾਏ ਦੇ ਦਰਾਂ ਦੇ, ਜਿਹੜੇ ਕਿਸੇ ਭਰਾ ਦੇ ਪਸੰਦ ਆ ਜੀ। ਠੀਕ ਹੋ ਗਿਆ ਜੀ, ਅੱਗੇ ਲਿਆਓ ਜੀ ਮਾਏ ਨੰਬਰ ਚਾਰ। ਲਓ ਜੀ ਮਾਏ ਨੰਬਰ ਅੱਗੇ ਆ ਗਈ ਚਾਰ ਤੇ ਮਾਸ਼ਾਅੱਲਾ ਇਹਦੇ ਮਗਰ ਵੀ ਕੱਟੀ ਹੈ ਜੀ। ਸੁਆ ਕੀ ਲਾਇਆ ਗੁਜਰ ਸਾਹਿਬ ਇਸ ਮਾਏ ਨੇ? ਦੂਸਰਾ ਸੁਆ ਲਾਇਆ ਤੂੰ ਮਗਰ ਕੱਟੀ, ਕਿੰਨਿਆਂ ਦਿਨਾਂ ਦੀ ਸੂਈ ਹੈ? 6-7 ਦਿਨ ਹੋ ਗਏ ਨੇ ਸੂਈ ਨੂੰ, ਮਾਈ ਦਾ ਪੁੱਠਾ ਖੁੱਡਾ ਥਣ ਲਬਾ ਤਲਾ ਸਾਹਿਬ ਤਸੱਲੀ ਨਾਲ ਵਹਾਣਾ ਜੀ। ਗੁਜਰ ਸਾਹਿਬ ਆਪਣੀ ਅੱਛਾ ਦੇਖੀ ਤੇ ਕੀ ਇਹ ਸਾਡੇ ਚਾਚੂ ਹੋਰਾਂ ਦੇ ਘਰੋਂ ਆਈ ਮੱਝ? ਅੱਛਾ
ਹਾਜ਼ਰ ਮੌਕਿਆ ਜਿਹੜਾ ਉਹ 7 ਕਿਲੋ ਹੋਵੇ ਦਾ ਟਾਈਮ ਦਾ ਜੀ ਗੁਜਰ ਸਾਹਿਬ ਜ਼ਿੰਦਾਬਾਦ ਜੀ ਮਾਸ਼ਾਅੱਲਾ ਲਓ ਜੀ ਜਿਹੜਾ ਬਹਿਣੇ ਵਾਲੇ ਪਾਸੇ ਦਾ ਸੇਕਲ ਥਾਣੇ ਨਾ ਪਿਛਲਾ ਜਿਹੜਾ ਭਰਾਵਾ ਨਜ਼ਰ ਪਿਆ ਆਉਂਦਾ ਥੋੜਾ ਭਾਰਾ ਵੀ ਹੈ ਉਹ ਸਣ ਦੀ ਰਵਾਲ ਸਾਰੀ ਦੂਸਰਿਆਂ ਥਣਾਂ ਨਾਲ ਧਾਰ ਡਾਢੀ ਮਹਿਸੂਸ ਕਰਾਉਂਦੀ ਹੈ ਠੀਕ ਹੋ ਗਿਆ ਜੀ ਦੇਖੋ ਨਾ ਜਿਹੜਾ ਨੁਕਸ ਹੋਵੇ ਦਾ ਪਹਿਲਾਂ ਦੱਸ ਦੇਣਾ ਦੇਖੋ ਨਾ ਗੁਜਰ ਸਾਹਿਬ ਹੁਣ ਅਸੀਂ ਵੀਡੀਓ ਦੇ ਬਣਾ ਦੇਣੀ ਕੋਈ ਪਰਾਥੇ ਆ ਜੇ ਆਣ ਕੇ ਪਾਸ ਕਰੇ ਤੇ ਫਿਰ ਤੇ ਗਲਤ ਬਿਆਨੀ ਹੋ ਜਾਂਦੀ ਬੇਇੱਜ਼ਤੀ ਹੈ ਪਹਿਲਾਂ ਦੱਸ ਰਿਹਾ ਜਿਸ ਕਿਸੇ ਭਰਾ ਦੇ ਸਮਝ ਹੋਈ ਤਾਂ ਰਾਬਤਾ ਕਰ ਲੈਣ ਦੇ ਬੜਾ ਦੁੱਧ ਜਿਹੜਾ 14 ਕਿਲੋ ਪੂਰਾ ਹੋਵੇ ਦਾ ਜ਼ਿੰਦਾਬਾਦ ਜੀ ਮਗਰ ਕੱਟੀ ਗੁਜਰ ਸਾਹਿਬ ਕੀ ਮੁੱਲ ਹੈ ਮਾਇਨ ਨੰਬਰ 4 ਦਾ ਅੱਛਾ ਸਾਢੇ 3 ਲੱਖ ਦੀ 3 ਲੱਖ ਤੇ 50,000 ਦੀ ਦੇ ਦਾਂਗੇ ਜਿਹੜੇ ਕਿਸੇ ਭਰਾ ਦੇ ਪਸੰਦ ਆ ਗਈ ਰੇਟ ਜਿਹੜਾ ਵੀ ਭਰਾਵਾਂ ਨੇ ਵੇਖ ਲੈਣਾ ਜੀ ਤਸੱਲੀ ਨਾਲ ਅੱਗੇ ਲਿਆਓ ਜੀ ਮਾਇਨ ਨੰਬਰ 5 ਲੋ ਜੀ ਜਿਹੜੀਆਂ ਹੁਣ ਮੱਝਾਂ ਨੇ ਨਾ 4 ਇਹ ਭਰਾਵਾਂ ਨੇ ਜ਼ਰਾ ਘੁੱਟ ਕੇ ਵੇਖ ਲੈਣੀਆਂ ਨੇ 21 ਲੈਵਲ ਦੀਆਂ ਤੇ ਇਹਦੀਆਂ ਰੋਜ਼ ਰੋਜ਼ ਆਉਂਦੀਆਂ ਵੀ ਨਹੀਂ ਜੀ 5 ਮਾਸ਼ਾਅੱਲਾ ਜੀ ਕਿਆ ਬਾਤ ਹੈ ਜੀ ਗੁਜਰ ਸਾਹਿਬ ਕੀ ਸਵਾਲ ਆਏ ਜੀ ਝੋਟੀ ਬਲਾਲ ਝੋਟੀ ਨੇ ਸਵਾਲ ਲਾਣਾ ਪਹਿਲਾ ਸਵਾਲ ਲਾਣਾ ਉਹ ਗਰੰਟੀ ਨਾਲ ਗਰੰਟੀ ਛੁੱਟਾ ਯਾਰ ਅੱਛਾ ਫਾਇਦਾ ਕੋਈ ਮੂੰਹ ਵਿੱਚੋਂ ਬਲਾਲ ਛਿੱਗੀ ਹੈ ਮੂੰਹ ਵਿੱਚੋਂ 6 ਦੰਦ ਹੋਵੇ ਦੀ ਪਹਿਲਾ ਸਵਾਲ ਲਾਣਾ ਉਹ ਗਰੰਟੀ ਨਾਲ ਅੱਖਾਂ ਤੇ ਸਿੰਗੀ ਹੈ ਨਾ ਜਿਹੜੀ ਮੈਂ ਕਹਿੰਦਾ ਪੂਰੀ ਝੋਟੀ ਵੇਖਣੀ ਹੈ ਕਿਆ ਬਾਤ ਹੈ ਮਾਸ਼ਾਅੱਲਾ ਜੀ ਗੁਜਰ ਸਾਹਿਬ ਝੋਟੀ ਨਾ ਇਹ ਬਲਾਲ ਸਾਰੀ ਕੱਚੀ ਪਈ ਹੈ ਲੋ ਜੀ ਪਹਿਲਾ ਸਵਾਲ ਲਾਣਾ ਤੂੰ ਤਲਾ ਸਾਹਿਬ ਇੱਥੇ ਇੱਕ ਵਾਰ ਲਿਬਾਸ ਜੀ ਕਿਆ ਬਾਤ ਹੈ ਇਹ ਦਿਨ ਕਿੰਨੇ ਕੁ ਲੈਣੇ ਗੁਜਰ ਸਾਹਿਬ ਸਾਡੇ ਮਾਲਕਾਂ ਦੇ ਬਕੌਲ ਨਾ ਇਹਦੇ ਦਿਨ ਪੂਰੇ ਵੀ ਹੁੰਦੇ ਨੇ 21-22 ਤਰੀਕ ਨੂੰ ਮਾਲਕਾਂ ਦੇ ਬਕੌਲ ਅੱਜ ਤਰੀਕ ਹੈ 9 ਲੇਕਿਨ ਇਨਸ਼ਾਅੱਲਾ ਤਾਲਾ ਬਲਾਲ ਜੀ ਘਰ ਘਰ ਇਹੋ ਜਿਹੀਆਂ ਝੋਟੀਆਂ ਨਹੀਂ ਆਉਣ ਲੱਗੀ ਕਿਆ ਬਾਤ ਹੈ ਜੀ ਮਾਸ਼ਾਅੱਲਾ ਇਹੋ ਜਿਹੀਆਂ ਝੋਟੀਆਂ ਨਹੀਂ ਆਉਣ ਲੱਗੀਆਂ ਉਹ ਗੱਲਾਂ ਜਿੰਨੀਆਂ ਦਿਲ ਦੇ ਪੈਣ ਜੀ ਜ਼ਿੰਦਾਬਾਦ ਗੁਜਰ ਸਾਹਿਬ ਮਾਸ਼ਾਅੱਲਾ ਅੱਖਾਂ ਵੀ ਤਲਾ ਸਾਹਿਬ ਵਹਾਣੀਆਂ ਨੇ ਝੋਟੀ ਦੀ ਹਾਈਟ ਤੇ ਲੰਬਾਈ ਤੇ ਗੁੱਲਾ ਵਹਾਣਾ ਹੈ ਮਾਸ਼ਾਅੱਲਾ ਸੋਹਣਾ ਕੱਢਿਆ ਤੂੰ ਪਹਿਲਣ ਹੋ ਕੇ ਇਨਸ਼ਾਅੱਲਾ ਤਾਲਾ ਬਾਕੀ ਫਿਰ ਆਈਏ 21-22 ਤਰੀਕ ਨੂੰ ਦਿਨ ਪੂਰੇ ਹੁੰਦੇ ਨੇ ਝੋਟੀ ਦੇ ਆਈਏ ਤਕਰੀਬਨ ਹਿਸਾਬ ਲਾ ਜਾਇਆ ਤੇ 13-14 ਦਿਨ ਪਏ ਨੇ ਬਲਾਲ ਝੋਟੀ ਨੂੰ ਗੌਰ ਨਾਲ ਵੇਖ ਸੜੀਏ ਨਾ ਜੀ ਗੁਜਰ ਸਾਹਿਬ ਰਾਜ਼ੀ ਹੋ ਜਾਂਦੀ ਹੈ ਬੰਦੇ ਜੀ ਜ਼ਿੰਦਾਬਾਦ ਮਾਸ਼ਾਅੱਲਾ ਗੁਜਰ ਸਾਹਿਬ ਕੀ ਮੁੱਲ ਹੈ 5 ਨੰਬਰ ਝੋਟੀ ਦਾ ਠੀਕ ਹੈ ਜੀ ਗੁਜਰ ਸਾਹਿਬ ਅੱਛਾ 5 ਲੱਖ ਤੇ 10,000 ਦੀ ਕਿਆ ਬਾਤ ਹੈ ਜੀ ਫਿਰ ਤੇ ਦੇਖੋ ਨਾ ਗੁਜਰ ਸਾਹਿਬ 21-22 ਤਰੀਕ ਨੂੰ ਦਿਨ ਪੂਰੇ ਹੋਣੇ ਨੇ ਤੇ ਫਿਰ ਤੇ ਅਨਮੋਲ ਜਾਈਦਾ ਇੱਕ ਸਾਈਡ ਆਪ ਹੋਣਾ ਤੇ ਇੱਕ ਸਾਈਡ ਲਿਬਾਸ ਹੋਣਾ ਸਾਰ ਤੱਕ ਆਈਏ ਤੇ ਫਿਰ ਭਾਏ ਜੀ ਤੇ ਫਿਰ ਪਤਾ ਲੱਗੇਗਾ ਨਾ ਅੱਗੇ ਲਿਆਓ ਜੀ ਮਾਈ ਨੰਬਰ 6 ਲਓ ਜੀ ਮਾਈ ਨੰਬਰ ਅੱਗੇ ਆ ਗਈ ਜੀ 6 ਮੁਸ਼ਕਣ ਕਿਆ ਬਾਤ ਹੈ ਜੀ ਗੁਜਰ ਸਾਹਿਬ ਕੀ ਸਵਾਲ ਲਾਣਾ ਜੀ ਬਲਾਲ ਭਾਈ ਦੂਜਾ ਸਵਾਲ ਲਾਣਾ ਝੋਟੀ ਗਰੰਟੀ ਨਾਲ ਗਰੰਟੀ ਮਾਸ਼ਾਅੱਲਾ ਜੀ ਧਰਾ ਸਾਹਿਬ ਹੁਣ ਥੋੜੀ ਜਿਹੀ ਮਿਹਨਤ ਕਰੀਓ ਭਰਾਵਾਂ ਨੂੰ ਨਾ ਤਸੱਲੀ ਨਾਲ ਵਹਾਣੀਆਂ ਨੇ ਝੋਟੀਆਂ
ਅੱਛਾ ਗੁਜਰ ਸਾਹਿਬ, ਦੂਸਰਾ ਸਵਾਲ ਲੈਣਾ ਤੂੰ, ਤੇ ਦਿਨ ਕਿੰਨੇ ਕੋ ਲੈਣੇ? ਫਿਲਹਾਲ ਝੋਟੀ ਦੇ 10 ਦਿਨ ਜਿਹੜੇ ਵੀ ਘੱਟ ਪਏ, ਇਹ ਦਿਨ ਜਿਹੜੇ ਉਹ 10 ਦਿਨ ਜਿਹੜੇ ਸਾਡਾ ਕਾਰੋਬਾਰ ਜੀ ਗੁਜਰ ਸਾਹਿਬ। ਬੈਨ ਅਗਾਰੀ ਗੱਲ ਹੈ, ਮਾਲ ਵਿਕਦਾ ਵਕਾਂਦਾ ਹੀ ਸੋਹਣਾ ਲੱਗਦਾ। ਇਹ ਮੱਝਾਂ ਚਾਰ ਭਰਾਵਾਂ ਨੂੰ ਵਹਾੜ ਲਵੇ ਨਾ, ਜਿਵੇਂ 6ਵੇਂ 7ਵੇਂ 8ਵੇਂ ਵਾਲੀਆਂ ਜਾ, ਇਹ ਮੱਝਾਂ ਨੂੰ 10 ਦਿਨ ਪੱਠੇ ਪਾ ਲਈਏ ਨਾ ਜੀ ਗੁਜਰ ਸਾਹਿਬ, ਮੱਝਾਂ ਕਰਲੀਆਂ ਕਲੀ 1.5 ਲੱਖ ਮੁਨਾਫਾ ਕਰ ਦਿੰਦੀ। ਕੀ ਬਾਤ ਹੈ ਜੀ, ਮਾਸ਼ਾਅੱਲਾ, ਬੜਾ ਕੰਮ ਹੈ ਨਾ, ਵੇਖੋ ਨਾ ਸਾਡਾ ਕਾਰੋਬਾਰ ਹੈ। ਅਸੀਂ ਕਹਿੰਦੇ ਆ ਵਿਕਦਾ ਵਕਾਂਦਾ ਹੀ ਸੋਹਣਾ। ਹੁਣ ਚਾਰੇ ਮੱਝਾਂ ਕੱਚੀਆਂ ਨੇ, ਕੱਚੀਆਂ ਨੇ, ਦੋ ਹਾਜ਼ਰੀਆਂ ਨੇ, ਚਾਰੇ ਮੱਝਾਂ ਦੇ ਬੱਚੇ ਨੇ, ਬੱਚੇ ਨੇ, ਠੀਕ ਹੈ। ਇਹ ਭਰਾ ਕਮੈਂਟਸ ਵਿੱਚ ਹੀ ਦੱਸਣ ਦੇ ਹੁਣ ਕਿ ਇਹ ਕੀ ਚੀਜ਼ ਨੇ ਮੱਝਾਂ ਜੀ, ਇਨਸ਼ਾਅੱਲਾ ਅੱਲਾ ਮਿਲ ਗਏ 10 ਦਿਨ ਜਿਹੜੇ ਉਹ ਮਾਜੇ ਇਹ ਲੈ ਦੀ ਖਾਣ ਲਬਾਸ ਭਰਾ ਦਵਾਂ ਦੇ ਸਾਹਮਣੇ ਵੀ ਲਾਲ, ਇੱਕ ਪਾਸੇ ਲਬਾਸ ਹੋਵੇ ਤਾਂ ਇੱਕ ਪਾਸੇ ਸਾਡੀ ਝੋਟੀ, ਝੋਟੀ ਹੋਵੇ ਦੀ ਕੰਡ ਤੇ ਪੁੱਠਾ ਹੈ ਨਾ ਜਿਹੜਾ ਜੀ ਅੱਲਾ ਦੇ, ਉਹ ਵੀ ਤਾਲਾ ਸਾਹਿਬ ਹਣਾ ਤੇ ਗੁਜਰ ਸਾਹਿਬ ਸੋਹਣੀ ਗੱਲ ਸੁਣਾਣੀ ਇਸ ਮਾਜ ਦੀ ਜਿੰਨੇ ਦੀ ਦੇਦਰਨੀ ਹੈ ਇਸ ਹਾਲਤ ਵਿੱਚ। ਫਿਲਹਾਲ ਜਿਹੜੇ ਭਰਾ ਨੂੰ ਪਸੰਦ ਆਈ ਨਾ ਝੋਟੀ ਜੀ, 5,35,000 ਦੀ ਝੋਟੀ ਦੇ, 5,35,000 ਦੀ। ਇੱਕ ਗੱਲ ਹੈ, ਆਨ ਦੀ ਰਿਕਾਰਡ ਗੱਲ ਹੈ ਜੀ ਗੁਜਰ ਸਾਹਿਬ, ਮੱਝਾਂ ਮੇਰੀਆਂ ਬੇਕੀਮਤੀਆਂ ਹੋਣੀਆਂ ਗੱਭਣਾ ਚਾਰੇ ਜੀ, ਕੋਈ ਸ਼ੱਕ ਨਹੀਂ ਗੁਜਰ ਸਾਹਿਬ, ਲੈਣਾ ਦੇਣਾ ਜਿਨ ਸੇਬ ਅੱਗੇ ਲਿਆਓ ਜੀ, ਮੱਝ ਨੰਬਰ 7 ਲਿਆਓ ਲਓ ਜੀ, ਮੱਝ ਨੰਬਰ ਅੱਗੇ ਆ ਗਈ ਜੀ 7, ਮਾਸ਼ਾਅੱਲਾ ਜੀ, ਫਿਰ ਮੁਸ਼ਕਿਲ ਆ ਗਈ ਜੀ, ਕਿਆ ਆਈਟ ਹੈ ਜੀ। ਵੀਰ ਸਾਹਿਬ ਕੀ ਸਵਾਲ ਆਇਆ ਝੋਟੀ ਨੇ? ਫਿਲਹਾਲ ਦੂਜਾ ਸਵਾਲ ਆਣਾ ਝੋਟੀ, ਝੋਟੀ ਨੇ ਦੂਸਰਾ ਸਵਾਲ ਲਾਣਾ। ਤਾਲਾ ਸਾਹਿਬ ਝੋਟੀ ਦੀ ਹਾਈਟ ਲੰਬਾਈ ਤੇ ਸ਼ਕਲ ਭਰਾਵਾਂ ਨੂੰ ਵਹਾਣੀ ਹੈ, ਘਰ ਘਰ ਤੇ ਨਹੀਂ ਨਾ ਜੰਮਦੀਆਂ ਇਹੋ ਜੀਆਂ, ਜ਼ਿੰਦਾਬਾਦ ਗੁਜਰ ਸਾਹਿਬ, ਮਾਸ਼ਾਅੱਲਾ। ਨਿਤ ਨਿਤ ਨਹੀਂ ਆਉਂਦੀਆਂ ਬਲਾਲ, ਕਾਰੋਬਾਰ ਕਰਨੇ ਆ, ਲੇਕਿਨ ਅਲਹਮਦੁਲਿਲਾ ਅਸੀਂ ਅੱਲਾ ਦੇ ਹੀ ਦੁਆ ਕਰਨੇ ਆ ਕਿ ਮੱਝ ਜਦੋਂ ਵੀ ਨਹੀਂ ਨਸਣੀ। ਜ਼ਿੰਦਾਬਾਦ ਜੀ, ਮਾਸ਼ਾਅੱਲਾ, ਕੀ ਬਾਤ ਹੈ ਗੁਜਰ ਸਾਹਿਬ। ਅੱਛਾ ਗੁਜਰ ਸਾਹਿਬ ਦੂਸਰਾ ਸਵਾਲ ਆਣਾ, ਤੂੰ ਕਿੰਨੇ ਦਿਨ ਲੈਣੇ ਨੇ ਝੋਟੀ ਨੇ? 10 ਦਿਨ ਝੋਟੀ ਨੇ ਲੈਣੇ ਨੇ, 13, ਠੀਕ ਹੈ ਯਾਰ, ਤਿਆਰ ਹੀ ਨਹੀਂ ਹੈ ਝੋਟੀ ਤਕਰੀਬਨ, ਜਿਹੜੀਆਂ ਚਾਰੇ ਮੱਝਾਂ ਨੇ 10-10, 12-12 ਦਿਨ ਕੱਚੀਆਂ ਨੇ, 12 ਸਾਡਾ ਕੰਮ ਹੈ, ਜਿਹੜੀ ਮੱਝ ਆਵਣੀ ਉਹਦਾ ਭਰਾਵਾਂ ਨੂੰ ਤਸੱਲੀ ਨਾਲ ਵਹਾਣਾ ਤੇ ਪੁੱਛਣਾ ਵਾ ਕਿਤਨੇ ਦਿਨ ਲੈ ਦੀ, ਕੀ ਰਿਕਾਰਡ ਨੇ ਮੱਝ ਦੇ। ਫਿਲਹਾਲ ਭਾਈ ਜੀ ਗੁਜਰ ਸਾਹਿਬ, 15-16 ਦੇਖੋ ਨਾ ਗੁਜਰ ਸਾਹਿਬ, ਬੂਥੀ ਕੱਟੀ ਤੇ ਪਿੱਛੋਂ ਬੇੜਾ ਮਾਜੇ, ਮਾਸ਼ਾਅੱਲਾ ਜੀ ਪੂਰੀ, ਤੇ ਥਣ ਫੁੱਟ ਫੁੱਟ ਤੇ ਲੱਗੇ ਹੋਵੇ ਦਾ ਤੇ ਮੁੱਠ ਮੁੱਠ ਤੇ ਹੋਵੇਦਾ ਲੱਗੇ ਆ, 10-12 ਦਿਨ ਮਾਜ ਕੱਚੀ ਏ, 12 ਗਰੰਟੀ ਹੋਵੇ ਦੀ ਮਾਜ ਦੀ ਪੂਰੀ। ਮਾਲਕਾਂ ਦੇ ਬਕੌਲ ਕੀ ਦੱਸਿਆ ਕਿ ਅਸੀਂ ਚਾਹੁੰਦੇ ਨੇ ਪਹਿਲਾਂ ਪਹਿਲਾਂ ਸਲੋਨਾ ਦੱਸਿਆ ਸੀ, 15-16 ਸਿਰ ਦਿੰਦੀ ਰਹੀ ਹੈ, ਬਾਕੀ ਭਰਾਵਾਂ ਦੇ ਸਾਹਮਣੇ ਲੈਣੇ ਦੇਣੇ ਨਸੀ, ਗਰੰਟੀ ਹੈ ਦੁੱਧ ਜਾ ਕੇ 20 ਕਿਲੋ ਦੇ ਜਾਂ ਕਿਲੋ ਦੇ, ਇਹ ਕੋਈ ਪਤਾ ਨੀ, ਇਹ ਰੱਬੀ ਕੰਮ ਹੈ। ਗੁਜਰ ਸਾਹਿਬ ਕੀ ਮੁੱਲ ਹੈ ਮਾਜ ਨੰਬਰ 7 ਦਾ? ਫਿਲਹਾਲ ਭਾਈ ਜਿਹੜੇ ਭਰਾ ਨੂੰ ਮੱਝ ਆ ਜਾਣਾ ਪਸੰਦ ਹੈ, ਅੱਛਾ, ਮੁੱਲ ਕਰਨ ਨੂੰ ਭਾਵੇਂ ਜਿੰਨਾ ਮਰਜ਼ੀ ਕਰ ਜੀ ਗੁਜਰ ਸਾਹਿਬ, ਠੀਕ ਹੈ ਠੀਕ ਹੈ, ਅੱਛਾ 5,40,000 ਦੀ ਮੱਝ ਨੰਬਰ 7, ਮੱਝ ਜਾਣੀ ਹੈ ਮੁੱਲ, ਮੱਝ 7 ਲੱਖ ਦੀ ਹੈ, ਠੀਕ ਹੈ, ਦਿਹਾੜੇ 10 ਹੀ ਲੈਣਾ ਫਿਲਹਾਲ ਜੀ ਗੁਜਰ ਸਾਹਿਬ, ਇਨਸ਼ਾਅੱਲਾ ਤਾਲਾ ਅੱਜ ਜਿੱਥੇ ਤੇਰੇ ਤਿਆਰ ਹੋਈਆਂ ਬੰਦੇ ਨਾ ਲੈਣ ਤੇ ਕਿਸੇ ਦੇ। ਠੀਕ ਹੈ।
ਤੋੜ ਸਿਰ ਤੋਂ ਲੈ ਕੇ ਤੇ ਪੈਰਾਂ ਦੀਆਂ ਨੋਹਾਂ ਤਾਈਂ, ਠੀਕ ਹੈ, ਫਲਾ ਸਾਹਿਬ ਚੋਟੀ ਦੇ ਹੱਥੇ ਨੇ ਇੱਕ ਵਾਰੀ ਥਾਣ ਤੇ ਪੁੱਠਾ ਤੇ ਲੱਬਾ ਇਹ ਵਹਾਣਿਆ ਭਰਾਵਾਂ ਨੂੰ ਤਸੱਲੀ ਨਾਲ। ਗੁਜਰ ਸਾਹਿਬ ਕਿਤਨੇ ਦਿਨ ਕੱਚੀ ਹੈ ਮਾਝ? ਫਿਲਹਾਲ ਮਾਝ 10 ਦਿਨ ਕੁੱਤੇ ਦਿਨ ਲੈਣਾ, 11 ਲੈ ਲੈ, 12 ਲੈ ਲੈ, ਠੀਕ ਹੈ, ਠੀਕ ਹੈ, 11 12 ਦਿਨ ਇਹ ਵੀ ਮਾਝ ਕੱਚੀ ਹੋਵੇ, ਕੱਚੀ ਹੈ ਝੋਟੀ ਹੈ, ਠੀਕ ਹੈ, ਲੇਕਿਨ ਇਨਸ਼ਾਅੱਲਾ ਤਾਲਾ ਬਾਦ ਇਹ ਵੀ ਬੱਕਰੀ ਦੀ ਚੀਜ਼ ਹੈ, ਬੱਕਰੀ ਜ਼ਿੰਦਾਬਾਦ। ਗੱਲਾਂ ਨਹੀਂ ਕਰਕੇ ਗੱਲਾਂ ਦਾ ਜੇ ਨਹੀਂ ਭਰਨਾ, ਨਹੀਂ ਭਰਿਆ ਜਾਂਦਾ ਮਾਰਾ ਗੁਜਰ ਸਾਹਿਬ। ਸੋਹਣੀ ਜੀ ਗੱਲ ਸੁਣਾਣੀ ਹੈ ਝੋਟੀ ਦੀ, ਕੀ ਮੁੱਲ ਹੈ? ਲਾਲ ਝੋਟੀ ਸਾਡੀ ਤੇ ਵੀ ਸਹੀ ਪੁੱਛੇ 8.5 ਲੱਖ, ਠੀਕ ਹੈ, ਠੀਕ ਹੈ ਜੀ, ਪਰ ਜਿਹੜੇ ਭਰਾ ਨੂੰ ਪਸੰਦ ਆਈ ਉਹਨੇ ਝੋਟੀ, ਅੱਛਾ, ਮੁੱਲ ਸ਼ੁਲ ਕੋਈ ਨਹੀਂ, ਜੇ ਗੁਜਰ ਸਾਹਿਬ 5.85 ਦੀ ਝੋਟੀ ਦੇ, 5 ਲੱਖ ਤੇ 85,000 ਦੀ ਝੋਟੀ ਦੇ ਤਰ੍ਹਾਂ ਦੇ, ਜਿਹੜੇ ਵੀ ਕਿਸੇ ਭਰਾ ਨੂੰ ਪਸੰਦ ਆ ਗਈ 8 ਨੰਬਰ ਝੋਟੀ ਜੀ ਜੀ। ਅੱਗੇ ਲਿਆਓ ਜੀ 9 ਨੰਬਰ ਤੇ ਫਰਮੈਸ਼ੀ, ਫਰਮੈਸ਼ੀ ਲੋ ਜੀ, ਮਾਈ ਨੰਬਰ 42 9 ਫਰਮੈਸ਼ੀ ਮੇਰੇ ਸਾਥ ਸੁਆ ਕੀ ਲੈਣਾ ਮਾਈ ਲਾਲ ਜਿਹੜਾ ਲਾਣਾ ਸੀ ਤੀਜਾ ਲਾਣਾ, ਤੀਸਰਾ ਸੁਆ ਹੁਣ ਮਾਈ ਨੇ ਲਾਣਾ ਹੈ ਤੇ ਇਹਨਾਂ ਫਿਰ ਕਨੇ ਜੀ ਮਾਈ ਲਾਲ ਸੱਤਵਾਂ ਮਹੀਨਾ ਮਾਈ ਜਿਹੜਾ ਨਾ ਜੀ ਉਹ ਐਸ ਟੈਲਿੰਗ ਪੂਰਾ ਹੋਣਾ, 8 ਮਹੀਨੇ ਐਸ ਟੈਲਿੰਗ ਨੂੰ 8ਵਾਂ ਲਾਣਾ ਐਸ ਟੈਲਿੰਗ ਆ ਜਿਹੜੀ ਪਹਿਲੀ ਹੋਣਾ ਆਪਣੀ ਜੀ, ਬਿਲਕੁਲ ਠੀਕ ਠੀਕ ਹੈ, ਤਕਰੀਬਨ ਇਹ 20 ਦਿਨ ਵੀ ਹੈ, ਤਕਰੀਬਨ 3-3.5 ਮਹੀਨੇ ਚੜ੍ਹਦੀ ਹੈ, 7ਵਾਂ ਮਹੀਨਾ ਝੋਟੀ ਨੂੰ ਜਾਂਦਾ ਹੈ, ਜਾਂਦਾ ਹੈ ਠੀਕ ਹੈ, ਲੇਕਿਨ ਬੁਲਾਲ ਲੱਖ ਕਹਿ ਦੇ ਜਾਂ ਕੋੜੀ 8 ਪੈਰੀ ਦੋਸਤ ਦੇ ਦੋ ਫਿਰ ਆ 8 ਪੈਰੀ 8 ਪੈਰੀ ਖਾਣ ਪਾਸ ਕਰਾਏ ਦੀ, ਮੈਂ ਕਹਿੰਦਾ ਯਾਰ ਥਣਾ ਜੀ ਫਰਕ ਹੋਇਆ ਜੀ, ਲੱਭਣੇ ਫਰਕ ਹੋਇਆ ਉਹ ਅਸੀਂ ਜਵਾਬ ਘਰ ਪਾਏ, ਉਹ ਯਾਰ ਆ ਸ਼ਹਿਰ ਦੀ ਗਰੰਟੀ ਹੈ, ਮੱਝ ਭਰਾਵਾਂ ਤਸੱਲੀ ਨਾਲ ਵੇਖਣਾ ਨਹੀਂ ਲੈਣੇ ਦੇਣੇ ਨਸੀਬ ਹੋਏ ਜੀ, ਠੀਕ ਹੈ ਮਾਸ਼ਾਅੱਲਾ ਪੂਰੀ ਮਾਈ ਨੇ ਸਿੜੀ ਵੇਖਣੀ ਹੈ, ਖੁੱਡਾ ਵੇਖਣਾ, ਪੁੱਠਾ ਵੇਖਣਾ, ਕਦੋਂ ਕੱਚੀ ਹੈ ਨਾ ਇਹ ਮਾਝ, ਅਜੇ ਮਾਝ 3 ਮਹੀਨੇ ਦਾ, ਅਜੇ ਦੁੱਧ ਵੀ ਹੈ 2 ਪਸੇਰ ਜੀ, ਮਿਲਦਾ ਮਹੀਨੇ ਦੀ ਗੱਬੜ ਵੀ ਜੀ, ਮਿਲ ਰਹੀ ਹੈ ਕੋਈ ਨਜ਼ਰ ਨਹੀਂ ਪਿਆ ਆਉਂਦਾ ਬਾਈ, ਤਿਆਰ ਹੋਈ ਲੇਕਿਨ ਇਨਸ਼ਾਅੱਲਾ ਦਾ ਬਲਾਲ ਜੀ, ਜਿੰਨੇ ਵੀ ਭਰਾ ਮਾਝ ਮਿਲਣਾ ਨਾ ਜੀ, ਬੇਸ਼ੱਕ 3 ਮਹੀਨੇ ਬਾਅਦ 2 ਲੱਖ ਮੇਰੇ ਕੋਲ ਨਾ, ਗੁਜਰ ਸਾਹਿਬ ਕੀ ਮੁੱਲ ਹੈ ਮਾਝ ਦੀ? ਮੁੱਲ ਬਲਾਲ ਕਰੀਏ ਨਾ ਜਿੱਦਣ ਮੁੱਲ ਤਾਂ ਚੱਲਦੇ ਨੇ ਬੰਨਿਆਂ ਦੇ, ਅੱਛਾ ਵਾਹ 4 ਲੱਖ 4.5 ਦਾ ਕੰਮ ਤੇ ਚੱਲਦਾ, ਇਹ ਚੱਲਦਾ ਹੈ ਠੀਕ ਹੈ, ਲੇਕਿਨ ਜਿਹੜਾ ਭਰਾ ਖਾਂਦਾ ਇਹ ਤੋਂ ਬਾਅਦ ਜੀ 3,05,000 ਦੀ ਦੇ, 3,05,000 ਦੀ ਮਾਝ ਨੰਬਰ 9 ਪਾਕਿਸਤਾਨ।